लोग कई साढ़े बारे माड़ा चंगा भी सोचते हैं भी निहंग सिंह देगा छकते निहंग सिंह बकरे वढ़ते हैं वो भाई सानू महाराज ने तिने शक्तियां दित्तियां ते शिवजी महाराज ने बना लिया उधर लोग राक्षसां दी फौज शिवजी महाराज दी है महाराज ने परमेश्वर ने सोचा मेरा नाम तो किसी ने भी नहीं जाके पाया संसार विच महाराज ने तिने ताकत भर के ऋषि मुनिया वाली भी देवत्या वाली भी राक्षसां वाली महाराज दैंतर का राजा ब्रह्मा जी ने चार वेह लिखे साढ़े को पंजवा वेह जोड़ा किसी को है नहीं बाजा वालिया तेरे स्कूले अंदर पढ़न वालियां दी लगती फीस कोई ना जाके देखा जो स्कूल अंदर पढ़न वालियां दे तड़ा ते सीस कोई ना अभी तो तगड़ा कड़ा प्रसाद का गफ्फा सिरे छकते हैं दस ग्यारह बजे तक भुख नहीं लगती जो कड़ा प्रसाद छक के मुड़के मुशहरिया हाथ मार दी दा वा त्यार पर त्यार रखी दा खालसे की मर्यादा वा जिथे कोई चढ़ाई करके आंदा उथे ही राक्षस भी बन जाने इस वास्ते साडे अंदर तिने ताकत वा इसे वास्ते खालसा मारे लगे ऐसी वस्त जगत में ना ही जो हम दही खाल से नहीं जेड़े हक हकीकत नु जानते नहीं जेड़े हक हकीकत नु जानते नहीं ना वो मुर्शद ते ना मरीद हुंदे ईसाई सीस दी जेकर ना दईए सब दे अणख दे नहीं खरीद हुंदे आ पंजवा बोला दर्शन कर लो किते भुलेखे च रह जाओ। वाहिगुरु जी का खालसा वाहिगुरु जी की फतेह। इस वक्त असीं निहंग सिंघां दे दल बुढ़े दल दे विच मौजूद हाँ ते दल पंथ दे जथेदार बाबा मान सिंह भी इत्थे मौजूद ने ते बाबा जी बचन कर रहे सी निहंग सिंघां दे कोड वर्ड्स बारे जिन्हों निहंग सिंह बोले भी आखदे आ। सो बाबा जी नूं बेनती करदे आ कि संगत नाल जरूर सांझ पाओ जी। वाहिगुरू जी का खालसा वाहिगुरू जी की फतेह। ਇਹ ਖਾਲਸੇ ਦੇ ਪਰਸਨਲ ਕੋਟ ਵਰਡ ਨੇ ਜੋ ਦਸਵੇਂ ਪਾਤਸ਼ਾਹ ਨੇ ਸਾਨੂੰ ਦਿੱਤੇ ਹੋਏ ਨੇ ਸਾਡੇ ਖਾਲਸੇ ਹੀ ਬੋਲੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ ਲੋਕਾਂ ਦੇ ਲਈ ਬੋਲੀਆਂ ਤੇ ਖਾਲਸੇ ਦਾ ਬੋਲਾ ਹੈ ਇਹ ਖਾਲਸੇ ਦੇ ਆਪਣੇ ਰਵਾਇਤੀ ਜੋ ਬੋਲੇ ਹਨ ਉਹ ਬੋਲ ਕੇ ਹੀ ਅਸੀਂ ਜੋ ਹੈ ਇਹ ਸਾਰੇ ਪ੍ਰੋਗਰਾਮ ਕਰਦੇ ਹਾਂ ਹੁਣ ਖਾਲਸੇ ਨੇ ਜੋ ਹੈ ਜੇ ਘੋੜੇ 'ਤੇ ਚੜ੍ਹਨਾ ਘੋੜ ਸਵਾਰੀ ਕਰਨੀ ਹੈ ਜੇ ਉਹ ਫਿਰ ਇਰਾਕੇ 'ਤੇ ਸਵਾਰ ਹੋਣਾ ਕਹਿੰਦੇ ਹਾਂ ਆਪਾਂ ਇਰਾਕੇ ਦੀ ਸਵਾਰੀ ਕਰਨੀ ਅੱਛਾ ਜੀ ਹਾਂ ਲੋਕੀ ਬਕਰੇ ਵੱਢਦੇ ਆ ਤੇ ਅਸੀਂ ਚਟੰਗੇ ਝਟਕਦੇ ਹਾਂ ਠੀਕ ਲੋਕੀ ਬੋਲੀਆਂ ਬੋਲਦੇ ਅਸੀਂ ਬੋਲੇ ਬੋਲਦੇ ਹਾਂ ਸਾਡੇ ਬੋਲੇ ਹੀ ਬੜੀ ਚੜ੍ਹਦੀ ਕਲਾ ਦੇ ਨੇ ਅਸੀਂ ਮੁੱਖ ਮਾਂਜਣਾ ਕਰਦੇ ਹਾਂ ਲੋਕੀ ਦਾਤਣ ਕਹਿੰਦੇ ਆ ਹਾਂਜੀ ਇਹ ਸਾਡੇ ਖਾਲਸੇ ਤੇ ਨਿਆਰੇ ਹੀ ਬੋਲੇ ਆ ਬ੍ਰਹਮਾ ਜੀ ਨੇ ਚਾਰ ਵੇਹ ਲਿਖੇ ਸਾਡੇ ਕੋਲ ਪੰਜਵਾਂ ਵੇਹ ਜਿਹੜਾ ਕਿਸੇ ਕੋਲ ਹੈ ਨਹੀਂ ਉਹ ਸਾਡੇ ਕੋਲ ਆ ਜਿੱਥੇ ਚਾਰ ਵੇਦ ਕੰਮ ਨਾ ਕਰਨ ਉੱਥੇ ਸਾਡਾ ਪੰਜਵਾਂ ਵੇਦ ਕੰਮ ਕਰਦਾ ਉਹ ਪੰਜਵਾਂ ਵੇਦ ਅਸੀਂ ਵਰਤਦੇ ਹਾਂ ਇਹ ਖਾਲਸੇ ਦੇ ਖਾਸ ਤਿਆਰੇ ਹੁੰਦੇ ਆ ਖਿਲਾਫ ਬਚਨ ਨਹੀਂ ਕਰਦੇ ਨਾ ਹੀ ਕਿਸੇ ਨੂੰ ਮਾੜਾ ਬੋਲਦੇ ਆ ਖਾਲਸਾ ਤਿਆਰ ਪ੍ਰਤਿਆਰ ਹੋ ਕੇ ਬਾਣੀ ਦੇ ਨਾਲ ਸ਼ਸਤਰਾਂ ਨਾਲ ਲੈਸ ਤਿਆਰ ਪ੍ਰਤਿਆਰ ਹੈ ਲੇਕਿਨ ਅਸੀਂ ਆਪਣੀ ਮਰਿਆਦਾ ਨੂੰ ਪ੍ਰਪੱਖ ਰੱਖਦੇ ਹੋਏ ਕਿਸੇ ਨਾਲ ਮਾੜਾ ਬਚਨ ਨਹੀਂ ਬੋਲਦੇ ਇਸ ਵਾਸਤੇ ਖਾਲਸੇ ਦੇ ਬੋਲੇ ਆ ਜਿਹੜਾ ਖਾਲਸੇ ਦਾ ਓਹਲਾ ਵਾ ਮਾਰੇ ਕਿਹਾ ਜਬ ਲੱਗ ਖਾਲਸਾ ਹੈ ਨਿਆਰਾ ਤਬ ਲੱਗ ਤੇਜ ਦੇਹੋ ਮੈਂ ਸਾਰਾ ਜਾ ਵੇਗ ਹੈ ਵਿਪਰਨ ਕੀ ਰੀਤ ਮੈਂ ਨਾ ਕਹੋ ਇਨ ਕੀ ਪ੍ਰਤੀਤ ਇਹ ਵਾਸਤੇ ਖਾਲਸੇ ਦਾ ਨਿਆਰਾ ਹੀ ਪੰਥ ਆ ਤੇ ਅਸੀਂ ਨਿਆਰੇ ਹੀ ਰਹਿੰਦੇ ਹਾਂ ਸਾਡੇ ਤੇ ਆਹ ਇਸ ਤਰ੍ਹਾਂ ਹੀ ਚੱਲਿਆ ਵੇਖੋ ਖੁੱਲੇ ਰੋਜ਼ ਨਵਾਂ ਕਿਤੇ ਪੜਾ ਜਾ ਕੇ ਲਾਉਣਾ ਨਵਾਂ ਘਰ ਵਸਾਉਣਾ ਰੋਜ਼ ਨਵਾਂ ਚੁੱਲ੍ਹਾ ਪਟਣਾ ਜਿੱਥੇ ਜਾਣਾ ਤਿਆਰ ਪ੍ਰਤਿਆਰ ਆਪਣੇ ਹੱਥੀਂ ਲੰਗਰ ਬਣਾ ਕੇ ਸਰਬਲੋ ਦਾ ਵਿਵੇਕ ਦਾ ਲੰਗਰ ਛਕਣਾ ਖਾਲਸੇ ਜੀ ਦੀ ਕਿਰਿਆ ਬੜੀ ਨਿਆਰੀ ਆ ਆਮ ਸੰਸਾਰੀ ਜਿਹੜੇ ਆ ਕੋਈ 9 ਵਜੇ ਉੱਠਦਾ ਕੋਈ 10 ਵਜੇ ਖਾਲਸਾ ਪੂਰੇ 12 ਵਜੇ ਨਗਾਰੇ ਖੜਕ ਜਾਂਦੇ ਆ ਅਤੇ 12:30 ਵਜੇ ਤਿਆਰ ਪ੍ਰਤਿਆਰ ਹੋ ਕੇ ਹੁਣ ਇੱਕ ਦਰਬਾਰ ਸਾਹਿਬ 'ਚ ਮਹਾਰਾਜ ਦਾ ਨੇਤਰਿਮ ਸ਼ੁਰੂ ਹੋ ਜਾਂਦਾ ਵਾ ਅਤੇ ਉਹ ਨੇਤਰਿਮ 21 ਬਾਣੀਆਂ ਤੱਕ ਪਹੁੰਚਦਾ ਜਦ ਤੱਕ ਅਸੀਂ ਹੁਕਮਨਾਮਾ ਲੈ ਕੇ ਉਹਦੀ ਕਥਾ ਕਰਦੇ 21 ਬਾਣੀਆਂ ਦਾ ਜਾਪ ਹੋ ਜਾਂਦਾ ਵਾ ਅਤੇ ਖਾਲਸਾ ਜੀ ਦੀ ਕਿਰਿਆ ਹੀ ਬੜੀ ਨਿਆਰੀ ਆ ਆਮ ਸੰਸਾਰੀਆਂ ਵਾਂਗੂ ਨਹੀਂ ਹੋਰ ਗੁਰਦੁਆਰੇ ਸਾਹਿਬ ਆ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਕਰਕੇ ਛੁੱਟੀ ਕਰ ਦਿੰਦੇ ਆ ਕਈਆਂ 'ਚ ਨੇਤਰਿਮ ਪਾਠੀ ਸਿੰਘ ਆਪਣਾ ਨੇਤਰਿਮ ਨਹੀਂ ਕਰਦੇ ਦਰਬਾਰ ਦਾ ਕਰਦੇ ਖਾਲਸੇ ਜੀ ਤਾਂ ਸਾਰਿਆਂ ਨੂੰ ਆਪਣਾ ਆਪਣਾ ਨੇਤਰਿਮ ਵੀ ਕਰਨਾ ਪੈਂਦਾ ਜੋ ਦਰਬਾਰ ਦੀ ਕਿਰਿਆ ਉਹ ਦਰਬਾਰ ਦੀ ਵੀ ਕਰਨੀ ਪੈਂਦੀ ਆ ਦਰਬਾਰ ਦੀ ਵੱਖਰੀ ਹੈ ਹਾਂਜੀ ਦਰਬਾਰ ਦੀ ਕਿਰਿਆ ਵੱਖਰੀ ਉੱਥੋਂ ਦਾ ਨੇਤਰਿਮ ਫਿਰ ਅਸੀਂ ਜੋ ਆਪਣਾ ਆਪਣਾ ਨੇਤਰਿਮ ਸਾਰਿਆਂ ਨੇ ਜੋ ਕਰਨਾ ਉਹ ਵੀ ਕਰਨਾ ਹੁੰਦਾ ਉਹ ਵੀ ਵੱਖ ਘੋੜਿਆਂ ਦੀ ਸੇਵਾ ਵੀ ਕਰਨੀ ਹੈ ਘੋੜਿਆਂ ਨੂੰ ਖੜਕਣਾ ਵੀ ਮਾਰਨਾ ਹੈ ਆਏ ਗਏ ਨੂੰ ਜਲ ਪਾਣੀ ਵੀ ਪੁੱਛਣਾ ਲੰਗਰ ਵੀ ਛਕਾਉਣਾ ਸ਼ਰਦਾਈਆਂ ਦੇਗਾਂ ਵੀ ਛਕਾਉਣੀਆਂ ਖਾਲਸੇ ਦਾ ਤਾਂ 24 ਘੰਟੇ ਮਾਰੇ ਕਹਿੰਦੇ ਖਾਲਸਾ ਜਿਹੜਾ ਸਦਾ ਤਿਆਰ ਪ੍ਰਤਿਆਰ ਰਹਿੰਦਾ ਆਰਾਮ ਰੂਮ ਕੋਈ ਨਹੀਂ ਕਰਦਾ 24 ਘੰਟੇ ਦੋ ਜਥੇ ਬਣ ਜਾਂਦੇ ਹਨ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਅਤੇ ਫਿਰ ਗਤਕੇ ਦੇ ਜੌਹਰ ਵਿਖਾਏ ਜਾਂਦੇ ਆ
ਘੋੜ ਦੌੜ ਕੀਤੀ ਜਾਂਦੀ ਹੈ ਜਿਹੜੇ ਸਿੰਘ ਯੋਧੇ ਅੱਗੇ ਹੋ ਕੇ ਨਿੱਤਰਦੇ ਸਾਰਿਆਂ ਨੂੰ ਇਨਾਮ ਵੰਡੇ ਜਾਂਦੇ ਖਾਲਸੇ ਵੱਲੋਂ ਉਹ ਖਾਲਸੇ ਦੀ ਰੋਹ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਰੋਹ ਰੀਤ ਮਰਿਆਦਾ ਬਖਸ਼ੀ ਹੈ ਦਸ਼ਮੇਸ਼ ਪਿਤਾ ਜੀ ਨੇ ਪਹਿਲੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਚੱਲਦਾ ਆ ਰਿਹਾ ਹੈ ਇਹ ਸਾਰਾ ਸਿਸਟਮ ਜੋ ਵੀ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਸਾਜਿਆ ਨਵਾਜਿਆ ਗੁਰਦੇਵ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਜੀਆਂ ਦਾ ਸਾਜਿਆ ਹੋਇਆ ਹੈ ਜੋ ਗੁਰੂ ਪੰਥ ਖਾਲਸਾ ਉਸੇ ਮਰਿਆਦਾ ਨੂੰ ਲੈ ਕਰਕੇ ਸਾਰੇ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ ਨਿਹੰਗ ਸਿੰਘ ਨਾਂ ਦੇ ਕਿਸੇ ਦੇ ਕੋਲੋਂ ਬਾਹਰੋਂ ਜਾ ਕੇ ਕੋਈ ਛਕਦੇ ਆ ਸਰਬਲੋਹ 'ਚ ਲੰਗਰ ਬਣਦਾ ਸਰਬਲੋਹ ਦਾ ਲੰਗਰ ਵਿਵੇਕ ਦਾ ਛਕਦੇ ਹਾਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਲੋਕ ਜਾ ਕੇ ਬਾਹਰ ਜਾ ਕੇ ਹੋਰ ਚੀਜ਼ਾਂ ਛਕਦੇ ਸਨ ਅਤੇ ਕੜਾਹ ਪ੍ਰਸ਼ਾਦ ਦੇ ਨੇ ਗੱਫੇ ਮਿਲਦੇ ਦੇਸੀ ਘਿਓ ਦੇ ਅਸੀਂ ਤਾਂ ਤਗੜਾ ਕੜਾਹ ਪ੍ਰਸ਼ਾਦ ਦਾ ਗੱਫਾ ਸਿਰੇ ਛਕਦੇ ਹਾਂ 10-11 ਵਜੇ ਤੱਕ ਭੁੱਖ ਨਹੀਂ ਲੱਗਦੀ ਅਤੇ ਉਹ ਕੜਾਹ ਪ੍ਰਸ਼ਾਦ ਛੱਕ ਕੇ ਮੁੜ ਕੇ ਮਛਹਿਰਿਆਂ ਨੂੰ ਹੱਥ ਮਾਰਦੀ ਦਾ ਵਾ ਤਿਆਰ ਪ੍ਰਤਿਆਰ ਰੱਖੀਦਾ ਇਹ ਖਾਲਸੇ ਦੀ ਮਰਿਆਦਾ ਵਾ ਖਾਲਸਾ ਸਦਾ ਤਿਆਰ ਪ੍ਰਤਿਆਰ ਰਹਿੰਦਾ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾਣੋ ਪਹਿਲੇ ਬਾਣੀ ਫਿਰ ਬਾਣਾ ਪਹਿਲੇ ਬਾਣੀ ਦੇ ਨਾਲ ਜਿਹੜਾ ਜੁੜਦਾ ਵਾ ਉਹਨੂੰ ਇਹ ਬਾਣੀ ਦੀ ਪ੍ਰਾਪਤੀ ਹੁੰਦੀ ਆ ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਹੀਂ ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਹੀਂ ਨਾ ਉਹ ਮੁਰਸ਼ਦ ਅਤੇ ਨਾ ਮਰੀਦ ਹੁੰਦੇ ਈਸਾਈ ਸੀਸ ਦੀ ਜੇਕਰ ਨਾ ਦਈਏ ਸੌਦੇ ਅਣਖਦੇ ਨਹੀਂ ਖਰੀਦ ਹੁੰਦੇ ਉਹ ਤੇਗ ਇਸ਼ਕ ਦੀ ਜਿਨ੍ਹਾਂ ਨੂੰ ਝਟਕਦੀ ਹੈ ਢੈਂਦੇ ਦਿਲਾਂ ਦੀ ਉਹੀ ਉਮੀਦ ਹੁੰਦੇ ਕਤਲਗਾਹਾਂ ਉਹ ਪੂਜੀਆਂ ਜਾਣ ਖੁਸ਼ ਦਿਲ ਜਿੱਥੇ ਮਾਵਾਂ ਦੇ ਲਾਲ ਸ਼ਹੀਦ ਹੁੰਦੇ ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਹੈ ਕਦੇ ਗਿਣੋ ਨਾ ਉਹਦੇ ਮੁਰੀਦ ਕਿੰਨੇ ਬੰਦੇ ਗਿਣੋ ਨਾ ਸਗੋਂ ਇਹ ਕਰੋ ਗਿਣਤੀ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ ਇਕੱਠੀਆਂ ਕਰੋ ਸੰਸਾਰ ਦੀਆਂ ਕੁੱਲ ਕੌਮਾਂ ਵੇਖੋ ਕੌਣ ਨੀਵੀਂ ਵੇਖੋ ਕੌਣ ਉੱਚੀ ਜਿਸ ਕੌਮ ਵਿੱਚ ਹੋਵਣ ਸ਼ਹੀਦ ਬਹੁਤੇ ਉਸ ਕੌਮ ਦੀ ਰਹਿੰਦੀ ਏ ਧਾਉਣ ਉੱਚੀ ਦੇ ਬਾਜਾਂ ਵਾਲਿਆ ਤੇਰੇ ਸਕੂਲੇ ਅੰਦਰ ਪੜ੍ਹਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ ਜਾ ਕੇ ਦੇਖਿਆ ਜਦੋਂ ਸਕੂਲ ਅੰਦਰ ਪੜ੍ਹਨ ਵਾਲਿਆਂ ਦੇ ਧੜਾਂ 'ਤੇ ਸੀਸ ਕੋਈ ਨਾ ਇਹ ਸਿਰ ਲੱਥਿਆਂ ਦੀ ਫੌਜ ਆ ਜਿੱਥੇ ਜ਼ਰੂਰਤ ਪਵੇ ਤਲੀ 'ਤੇ ਸਿੱਖ ਸਿਰ ਰੱਖ ਕੇ ਨਾ ਅਤੇ ਸਿੰਘ ਲੜਦੇ ਆ ਜਬਰ ਦਾ ਸਬਰ ਨਾਲ ਵੀ ਮੁਕਾਬਲਾ ਕਰਦੇ ਆ ਅਤੇ ਜਬਰ ਦਾ ਸ਼ਸਤਰਾਂ ਨਾਲ ਵੀ ਮੁਕਾਬਲਾ ਜੇ ਉਹ ਜਿਹੀ ਸਥਿਤੀ ਹੋ ਜਾਏ ਸਿੰਘ ਉਸੇ ਸਥਿਤੀ ਨੂੰ ਵਰਤਦੇ ਆ ਲੋਕ ਕਈ ਸਾਡੇ ਬਾਰੇ ਮਾੜਾ ਚੰਗਾ ਵੀ ਸੋਚਦੇ ਆ ਵੀ ਨਿਹੰਗ ਸਿੰਘ ਦੇਗਾਂ ਛਕਦੇ ਨਿਹੰਗ ਸਿੰਘ ਬਕਰੇ ਵੱਢਦੇ ਆ ਉਹ ਭਾਈ ਸਾਨੂੰ ਮਹਾਰਾਜ ਨੇ ਤਿੰਨੇ ਸ਼ਕਤੀਆਂ ਦਿੱਤੀਆਂ ਪਹਿਲੇ ਮਹਾਰਾਜ ਨੇ ਦੇਵਤੇ ਬਣਾਏ ਉਹਨਾਂ ਨੇ ਆਪਣੇ 33 ਕਰੋੜ ਬਣਾ ਲਏ ਅਤੇ ਉਹ ਜ਼ਿਆਦਾਤਰ ਦੇਵਤੇ ਸੁਰਾ ਸੁੰਦਰੀ ਦੇ ਆਸ਼ਿਕ ਹੋਏ ਆ ਅਤੇ ਫਿਰ ਰਾਕਸ਼ ਰਿਸ਼ੀ ਮੁਨੀ ਬਣਾਏ ਉਹਨਾਂ ਨੇ ਤਪੱਸਿਆ ਦੇ ਵਿੱਚ ਆਪਣੇ ਇੰਦਰ ਬਣਾ ਲਿਆ ਬ੍ਰਹਮ ਲੋਕ ਅਤੇ ਸ਼ਿਵਜੀ ਮਹਾਰਾਜ ਨੇ ਬਣਾ ਲਿਆ ਰੁਦਰ ਲੋਕ ਰਾਕਸ਼ਾਂ ਦੀ ਫੌਜ ਰਾਕਸ਼ਾਂ ਦੀ ਫੌਜ ਸ਼ਿਵਜੀ ਮਹਾਰਾਜ ਦੀ ਹੈ ਅਤੇ ਮਹਾਰਾਜ ਨੇ ਪਰਮੇਸ਼ਰ ਨੇ ਸੋਚਿਆ ਮੇਰਾ ਨਾਂ ਤਾਂ ਕਿਸੇ ਨੇ ਵੀ ਨਹੀਂ ਜਾ ਕੇ ਜਪਾਇਆ ਸੰਸਾਰ ਵਿੱਚ ਅਤੇ ਮਹਾਰਾਜ ਨੇ ਤਿੰਨੇ ਤਾਕਤਾਂ ਭਰ ਕੇ ਰਿਸ਼ੀ ਮੁਨੀਆਂ ਵਾਲੀ ਵੀ ਦੇਵਤਿਆਂ ਵਾਲੀ ਵੀ ਅਤੇ ਰਾਕਸ਼ਾਂ ਵਾਲੀ ਮਹਾਰਾਜ ਦੈਂਤਨਕਾਰ ਰਾਜਾ ਅਤੇ ਸਾਨੂੰ ਤਿੰਨੇ ਤਾਕਤਾਂ ਦਿੱਤੀਆਂ ਜਿੱਥੇ ਸਾਨੂੰ ਭਗਤੀ ਦੀ ਜ਼ਰੂਰਤ ਪੈਂਦੀ ਅਸੀਂ ਮਾਲਾ ਫੜ ਲੈਂਦੇ ਹਾਂ ਜਿੱਥੇ ਸਾਨੂੰ ਦੇਗ ਲੰਗਰ ਦੀ ਜ਼ਰੂਰਤ ਪੈਂਦੀ ਉੱਥੇ ਸਾਡੇ ਕੜਾਹੇ ਕੜਛੇ ਚੱਲਦੇ ਸ਼ਹੀਦੀ ਦੇਗਾਂ ਦੇ ਰਗੜੇ ਲੱਗਦੇ ਸਿਧਾਈਆਂ ਦੇ ਅਤੇ ਜਿੱਥੇ ਕੋਈ ਚੜ੍ਹਾਈ ਕਰਕੇ ਆਉਂਦਾ ਉੱਥੇ ਅਸੀਂ ਰਾਕਸ਼ ਵੀ ਬਣ ਜਾਂਦੇ ਹਾਂ ਇਸ ਵਾਸਤੇ ਸਾਡੇ ਅੰਦਰ ਤਿੰਨੇ ਤਾਕਤਾਂ ਵਾ ਇਸੇ ਵਾਸਤੇ ਇਹ ਖਾਲਸੇ ਦੀ ਇੱਕ ਨਿਆਰੀ ਤਾਕਤ ਆ ਨਿਆਰੀ ਸ਼ਕਤੀ ਆ ਇਹ ਮਹਾਰਾਜ ਦਾ ਹੁਕਮ ਵੀ ਇਹੀ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਤੇ ਹੋ ਮੈਂ ਸਾਰਾ ਮੇਰਾ ਸਾਰਾ ਤੇਜ ਪ੍ਰਤਾਪ ਖਾਲਸੇ ਨੂੰ ਮਹਾਰਾਜ ਨੇ ਦੇਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰੋ ਮੁੱਖ ਅੰਗਾ ਖਾਲਸੇ ਕਹਿ ਸਤ ਸਤਸੰਗਾ ਹੈ ਜੀ ਇਹ ਖਾਲਸੇ ਨੂੰ ਮਹਾਰਾਜ ਨੇ ਆਪਣਾ ਸਾਰਾ ਕੁਛ ਹੀ ਦੇ ਦਿੱਤਾ ਖਾਲਸੇ ਤੋਂ ਕੋਈ ਓਹਲਾ ਨਹੀਂ ਰੱਖਿਆ ਮਹਾਰਾਜ ਨੇ ਕਿਹਾ ਅਸੀਂ ਵਸਤ ਜਗਤ ਮੈਂ ਨਾ ਹੀ ਜੋ ਹਮ ਦਈ ਖਾਲਸੇ ਨਾ ਹੀ ਇਹੋ ਜਿਹੀ ਕਿ ਦੁਨੀਆਂ 'ਚ ਵਸਤੂ ਹੀ ਹੈ ਨਹੀਂ ਜਿਹੜੀ ਖਾਲਸੇ ਨੂੰ ਦਿੱਤੀ ਆਪਣੇ ਕੋਲ ਸ੍ਰੀ ਖਾਲਸੇ ਸੌਂਪਾ ਦੂਜਿਆ ਸ਼ਬਦ ਸਤਿਗੁਰੂ ਗ੍ਰੰਥਾ ਕਹਿੰਦੇ ਆਪਣਾ ਜੋ ਰੂਪ ਸੀ ਜੋ ਅਕਾਲ ਪੁਰਖ ਨੇ ਸਾਨੂੰ ਦਿੱਤਾ ਉਹ ਸਾਰਾ ਖਾਲਸੇ ਨੂੰ ਦਿੱਤਾ ਹੁਣ ਓਹਲਾ ਤਾਂ ਰੱਖਿਆ ਕੋਈ ਨਹੀਂ ਮਹਾਰਾਜ ਨੇ ਵਿੱਚ ਕੋਈ ਹਾਂ ਜਿਹੜੇ ਆ ਕੇ ਤਿਆਰ ਪ੍ਰਤਿਆਰ ਹੋ ਕੇ ਖਾਲਸੇ 'ਚ ਅੰਮ੍ਰਿਤ ਛਕਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਦੁਨੀਆ ਕੀ ਆ ਜਿਹੜੇ ਹੁਣ ਜਾ ਕੇ ਹੁਣ ਸਾਡੇ ਜਿਹੜੇ ਰੂਪ ਨੂੰ ਉਧਾਰਾ ਲੈ ਲੈਂਦੇ ਕਈ ਲੋਕ ਅਸੀਂ ਰੋਮੂਨੀਆਂ ਕਮੇਟੀਆਂ ਕਬੂਟੀਆਂ ਚੂੜੀਦਾਰ ਪਜਾਮੀਆਂ ਲਾ ਕੇ ਝੜਦਾ ਝੜ ਸਾਡੇ ਝੋਲੇ ਪਾ ਲੈਂਦੇ ਆ ਥੋੜ੍ਹੀ ਦੇਰ ਬਾਅਦ ਜਦੋਂ ਹਾਲੇ ਅੰਮ੍ਰਿਤ ਛਕਣ ਵਾਲੇ ਵਿਚਾਰੇ ਕੜਾਹ ਪ੍ਰਸ਼ਾਦ ਹੀ ਛਕਦੇ ਹੁੰਦੇ ਆ ਅਤੇ ਉਹ ਬਾਹਰ ਆ ਕੇ ਮੁੱਛਾਂ ਨੂੰ ਵੱਟਦੇ ਕੇ ਪਜਾਮੀਆਂ ਕੱਸੀਆਂ ਹੁੰਦੀਆਂ ਉਹਨਾਂ ਨੂੰ ਕੀ ਕਹਿਣਗੇ ਪੰਜ ਪਿਆਰੇ ਆ ਇਹ ਵਾਰ ਜਿਹੜੇ ਓਰਿਜਨਲ ਪੰਜ ਪਿਆਰੇ ਉਹ ਗੁਰੂ ਕੇ ਨਿਹੰਗ ਸਿੰਘ ਹੀ ਹੋਇਆ ਕਰਦੇ ਆ ਇਹਨਾਂ ਦੇ ਬਾਣਾ ਪਾ ਕੇ ਅਤੇ ਦੂਜੇ ਅੰਮ੍ਰਿਤ ਛਕਾਉਂਦੇ ਆ ਇਹਦੇ ਖਾਸ ਹੈ ਖਾਲਸਾ ਖਾਸ ਕਹਾਵੈ ਸੋਈ ਜਾਂ ਕਹਿ ਹਿਰਦੈ ਪਰਮ ਨਾ ਹੋਈ ਪਰਮ ਪੇਖਦੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ ਉਹ ਸਾਡਾ ਸਤਿਗੁਰੂ ਖਾਲਸ ਹੈ ਅਤੇ ਉਹਦਾ ਖਾਲਸਾ ਵੀ ਖਾਲਸ ਹੈ ਲਾਲ ਰੰਗ ਤਿਸ ਕੋ ਲਗਾ ਜਿਸ ਕੇਵੜ ਭਾਗਾ ਮੈਲਾ ਕਦੇ ਨਾ ਹੋ ਬਈ ਮੈਂ ਲਾਗੇ ਧਾਗਾ ਵਾਹਿਗੁਰੂ ਜੀ ਕਾ ਖਾਲਸਾ ਗੱਜ ਗਏ ਗਾਰੇ ਜਾਵੇ ਨਿਆਲ ਹੋ ਜਾਵੇ ਗੁਰੂ ਪੰਥ ਖਾਲਸੇ ਬੁੱਢੇ ਦਲ ਤਰਨੇ ਦਲਾ